ਹੋਰ ਬਈ ਫਿਰ ਚੋਣਾਂ ਨੂੰ ਪਤਾ ਖਾਸਾ ਪਖਿਆ ਐਗਤੀ ਕਿਹੜੀ ਪਾਰਟੀ ਨੂੰ ਕਰ ਰਹੇ ਸਪੋਰਟ? ਉਹ ਬਈ ਆਪਾਂ ਤਾਂ ਸ਼ੁਰੂ ਤੋਂ ਪੰਜ ਤਿੰਨ ਪਾਰਟੀਆਂ ਜੁੜੇ ਹੋਏ ਆ, ਸਾਡਾ ਪਰਿਵਾਰ ਤਾਂ ਸ਼ੁਰੂ ਤੋਂ ਉਹਨਾਂ ਨੂੰ ਸਪੋਰਟ ਕਰਦਾ ਹੈਗਾ। ਉਹ ਭਾਊ ਵੀਰਾ ਆ ਗਿਆ। ਤੁਹਾਨੂੰ ਬੋਲ ਕੇ ਕੀ ਦੱਸਣਾ, ਬਹੁਤ ਲੰਮਾ ਹੋਇਆ ਤੁਹਾਨੂੰ ਦਿਖਾਉਣਾ ਹੀ ਆਪਾਂ। ਨਿੱਕ ਮਾਰੀ ਮਾੜਾ ਯੂਟਿਊਬ ਦੇ ਸਰਚ। ਚੱਕੇ ਅਸਲੇ ਸਿੰਘਾਂ ਨੇ ਇਤਿਹਾਸ ਗਵਾਇਓ ਵਾਰਾਂ ਦਾ, ਸੀ ਜੋ ਚੱਕੇ ਅਸਲੇ ਸਿੰਘਾਂ ਨੇ ਇਤਿਹਾਸ ਗਵਾਇਓ ਵਾਰਾਂ ਦਾ, ਜ਼ੁਲਮਾਂ ਨੇ ਹੱਦ ਪਾਰ ਕਰੀ ਸਾਰਾ ਹੱਥ ਸੀ ਵਿੱਚ ਸਰਕਾਰਾਂ ਦਾ, ਮਾੜਾ ਦੌਰ ਪੰਜਾਬ ਨੇ ਵੇਖਿਆ ਸੀ ਮੁੜ ਪਰਤੇ ਨਾ ਜੀ ਕਰਦੇ ਸੀ, ਨਾ ਕਿਸੇ ਸਾਰੇ ਲਈ ਨਾ ਇਨਸਾਫ ਮਿਲੇ, ਪੁੱਤ ਧੀਆਂ ਜੋ ਰਹੇ ਮਰਦੇ ਸੀ, ਸਾਰੇ ਲਈ ਨਾ ਇਨਸਾਫ ਮਿਲੇ, ਪੁੱਤ ਧੀਆਂ ਜੋ ਰਹੇ ਮਰਦੇ ਸੀ, ਚੱਲਦੀ ਨਾ ਕੋਈ ਬਿਣਤੀ ਸੀ, ਲਾਸ਼ਾਂ ਸਿੱਖ ਕੌਮ ਦੀਆਂ ਵਿਛੀਆਂ ਜੋ 25,000 ਦੀ ਗਿਣਤੀ ਸੀ, ਚਾਹੁੰਦੇ ਨੱਪਣਾ ਸੀ ਪੰਜਾਬੀਆਂ ਨੂੰ ਪਾ ਖੌਫ ਦਹਿਸ਼ਤ ਗਰਦੀ ਦਾ, ਸਿੱਖ ਧਰਮ ਤੇ ਢਾਉਂਦੇ ਕਹਿਰ ਰਹੇ ਸੀ ਚੱਕ ਕੇ ਫਾਇਦਾ ਵਰਦੀਆਂ ਦਾ, ਧਰਮ ਤੇ ਢਾਉਂਦੇ ਕਹਿਰ ਰਹੇ ਸੀ ਚੱਕ ਕੇ ਫਾਇਦਾ ਵਰਦੀਆਂ, ਜਸਵੰਤ ਸਿੰਘ ਸੀ ਨਾਮ ਯੋਧੇ ਦਾ, ਫੌਜੀ ਨੇ ਬਖਤ ਸਰਕਾਰ ਨੂੰ ਸੀ ਪਾਇਆ, ਔਰ ਸੱਚ 1984 ਦਾ ਸੂਰਮੇ ਨੇ ਔਰ ਦੁਨੀਆ ਤੱਕ ਪਹੁੰਚਾਇਆ, ਔਰ ਲਾਸ਼ਾਂ ਦਾ ਬਣ ਕੇ ਮਸੀਹਾ UN ਰਿਪੋਰਟ ਪੇਸ਼ ਕਰ ਆਇਆ, ਔਰ ਸੁਣ ਬਾਕਾ ਹੁੰਦੇ ਜ਼ੁਲਮਾਂ ਦਾ ਹਰ ਬੰਦੇ ਦਾ ਮਨ ਭਰ ਆਇਆ, ਹਰ ਬੰਦੇ ਦਾ ਮਨ ਭਰ ਆਇਆ, ਸਭ ਪਾਸੇ ਮੱਚਿਆ ਰੌਲਾ ਸੀ ਖਲੜੇ ਦਾ ਦਿਲ ਹੋਇਆ ਹੌਲਾ ਸੀ, ਕੰਨ ਖੋਲ ਤੇ ਸੂਰਮੇ ਖਾਲਸੇ ਨੇ ਜਿਹੜਾ ਸਿਸਟਮ ਹੋਇਆ ਬੋਲਾ ਸੀ, ਪਈਆਂ ਭਾਜੜਾ ਜਦ ਸਰਕਾਰਾਂ ਨੂੰ ਬਈ ਬਹੁਤ ਵੱਡੀ ਕੁਰਬਾਨੀ ਆ ਖਾਲੜਾ ਪਰਿਵਾਰ ਦੀ, ਇਸ ਵਾਰ ਮੇਰੀ ਅਤੇ ਮੇਰੇ ਪਰਿਵਾਰ ਦੀ ਵੋਟ ਖਾਲੜਾ ਪਰਿਵਾਰ ਨੂੰ। ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹੀਦੀ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਦੀ ਸਪੋਰਟ ਲਈ ਸਾਡੀ ਟੀਮ ਵੱਲੋਂ ਮਿੱਟੀ ਦੀ ਕੋਸ਼ਿਸ਼, ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਊਗੀ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਮੈਂ ਦੱਸਣਾ ਚਾਹੂੰਗਾ ਸਾਡੇ ਯੂਟਿਊਬ ਚੈਨਲ ਤੋਂ ਜੋ ਵੀ ਕਮਾਈ ਆਵੇਗੀ ਉਸ ਨੂੰ ਅਸੀਂ ਬੀਬੀ ਖਾਲੜਾ ਜੀ ਦੇ ਪ੍ਰਚਾਰ ਲਈ ਫੰਡ ਦੇ ਤੌਰ 'ਤੇ ਉਹਨਾਂ ਨੂੰ ਦੇ ਕੇ ਆਵਾਂਗੇ।